2022 ਦੀਆਂ ਵਿਧਾਨ ਸਭਾ ਚੋਣਾਂ ਦਾ ਅਖਾੜਾ ਜਿਹੜਾ ਹੈ ਉਹ ਪੂਰੀ ਤਰ੍ਹਾਂ ਪੱਕ ਚੁੱਕਿਆ ਹੈ ਤੇ ਜੇ ਗੱਲ ਕੀਤੀ ਜਾਵੇ ਜ਼ਿਲ੍ਹਾ ਗੁਰਦਾਸਪੁਰ ਦੀ ਤਾਂ तमाम ਪਾਰਟੀਆਂ ਜੋ ਪਹਿਲੇ ਸਥਾਨ ਦੇ ਵਿੱਚ ਆਂਦੀਆਂ ਨੇ ਉਹਨਾਂ ਦੇ ਵੱਲੋਂ ਆਪਣੇ ਉਮੀਦਵਾਰ ਉਤਾਰ ਦਿੱਤੇ ਗਏ ਨੇ ਚੋਣ ਮੈਦਾਨ ਦੇ ਵਿੱਚ ਭਾਜਪਾ ਨੂੰ ਛੱਡ ਕੇ ਜੇ ਗੱਲ ਕੀਤੀ ਜਾਵੇ ਕਾਂਗਰਸ ਦੀ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਜਾਂ ਫਿਰ ਆਮ ਆਦਮੀ ਪਾਰਟੀ ਦੀ ਤਾਂ ਉਹਨਾਂ ਨੇ ਵੀ ਆਪਣੇ ਉਮੀਦਵਾਰ ਉਤਾਰਨੇ ਸ਼ੁਰੂ ਕਰ ਦਿੱਤੇ ਨੇ ਹਰ ਹਲਕੇ 'ਚ ਪਰ ਜੇ ਗੱਲ ਕੀਤੀ ਜਾਵੇ ਬਟਾਲਾ ਵਿਧਾਨ ਸਭਾ ਹਲਕੇ ਦੀ ਤਾਂ ਉੱਥੇ ਹਾਲੇ ਕਾਂਗਰਸ ਦੇ ਵੱਲੋਂ ਉਮੀਦਵਾਰ ਨੂੰ ਲੈ ਕੇ ਪੇਚ ਜਿਹੜਾ ਹੈ ਉਹ ਫਸਿਆ ਨਜ਼ਰ ਆ ਰਿਹਾ ਹੈ। ਲੰਬਾ ਸਮਾਂ ਹੋ ਚੁੱਕਾ ਹੈ ਹਾਲੇ ਬਟਾਲਾ ਤੋਂ ਆਪਣੀ ਉਮੀਦਵਾਰ ਦੀ ਘੋਸ਼ਣਾ ਕਾਂਗਰਸ ਦੇ ਵੱਲੋਂ ਨਹੀਂ ਕੀਤੀ ਗਈ। ਗੱਲ ਕਰ ਲੈਣੇ ਆ ਇਹਨਾਂ ਉਮੀਦਵਾਰੀਆਂ ਨੂੰ ਲੈ ਕੇ ਮੁੱਖ ਦਾਵੇਦਾਰਾਂ ਦੀ ਤਾਂ ਉਹਨਾਂ ਦੇ ਵਿੱਚ ਅਸ਼ਨੀ ਸੇਖੜੀ ਜੋ ਪਹਿਲਾਂ ਵੀ ਇੱਥੋਂ ਚੋਣਾਂ ਲੜਦੇ ਰਹੇ ਨੇ ਬਟਾਲਾ ਹਲਕੇ ਤੋਂ ਉਹਨਾਂ ਦੀ ਮੁੱਖ ਦਾਵੇਦਾਰੀ ਹੈ ਸਾਡੇ ਨਾਲ ਮੌਜੂਦ ਨੇ ਅਸੀਂ ਸਿਖਰ ਜੀ ਨਾਲ ਗੱਲਬਾਤ ਕਰ ਲੈਨੇ ਆ ਸਿੱਖ ਜੀ ਸਾਹਿਬ ਕੀ ਕਾਰਨ ਆ ਕਿਉਂ ਇੰਨੀ ਟਿਕਟ ਜਿਹੜੀ ਆ ਬਟਾਲੇ ਦੀ ਲੇਟ ਹੋ ਰਹੀ ਆ ਜਦਕਿ ਦੂਸਰੇ ਜਿਹੜੇ ਉਮੀਦਵਾਰ ਨੇ ਉਹ ਜ਼ਿਆਦਾਤਰ ਹਲਕਿਆਂ ਦੇ ਵਿੱਚ ਲੋਕਾਂ 'ਚ ਵਿਚਰੇ ਰਹੇ ਨੇ ਪਰ ਕਾਂਗਰਸ ਦੀ ਉਮੀਦਵਾਰੀ ਦੀ ਘੋਸ਼ਣਾ ਨਾ ਹੋਣ ਦੇ ਕਾਰਨ ਕਿਤੇ ਨਾ ਕਿਤੇ ਕਾਂਗਰਸ ਪਿੱਛੇ ਵੀ ਪੈਂਦੀ ਦਿਖਾਈ ਦੇ ਨਹੀਂ ਕਾਂਗਰਸ ਤੇ ਪਿੱਛੇ ਨਹੀਂ ਪੈ ਰਹੀ ਕਾਂਗਰਸ ਤਾਂ ਕੰਮ ਕਰ ਰਹੀ ਹੈ ਸਾਡੇ ਸਾਰੇ ਪਾਰਟੀ ਦੇ ਪ੍ਰਧਾਨ ਸਾਡੇ ਸਾਰੀ ਆਰਗੇਨਾਈਜੇਸ਼ਨ ਅਸੀਂ ਉਹ ਯਾਰ ਵਰਕਿੰਗ ਅਸੀਂ ਕੰਮ ਕਰ ਰਹੇ ਆ ਮੇਰੇ ਪ੍ਰਧਾਨ ਜੀ ਰੂਰਲ ਮੇਰੇ ਨਾਲ ਆਪਾਂ ਪਿੰਡਾਂ ਚ ਜਾ ਰਹੇ ਆ ਕਾਂਗਰਸ ਦਾ ਪ੍ਰਚਾਰ ਕਰ ਰਹੇ ਆ ਕਾਂਗਰਸ ਨੂੰ ਵੋਟਾਂ ਪਾਣੀ ਆ ਸਿਟੀ ਵਾਲੇ ਵੀ ਕਰ ਰਹੇ ਨੇ ਮੇਰੇ ਫੈਮਲੀ ਦੇ ਜਿਹੜੇ ਸਾਥੀ ਨੇ ਜਾਂ ਛਡੇ ਕਾਂਗਰਸ ਦੇ ਸਪੋਰਟਰ ਨੇ ਚਾਹੇ ਪੰਚਰ ਪੰਚ ਨੇ ਚਾਹੇ ਮਿਸਲ ਕਾਉਂਸਲਰ ਨੇ ਸਾਰੇ ਜਣੇ ਕੰਮ ਕਰ ਰਹੇ ਆ ਪਾਰਟੀ ਦਾ ਕਰ ਰਹੇ ਆ ਅਸੀਂ ਅਰ ਜੇ ਗੱਲ ਕੀਤੀ ਜਾਵੇ ਲੋਕਾਂ ਦੀ ਜਾਂ ਜਿਹੜੇ ਵੋਟਰ ਨੇ ਜਾਂ ਵਰਕਰ ਨੇ ਜਾਂ ਸਮਰਥਕ ਨੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਇਹ ਜ਼ਰੂਰ ਧਾਰਨਾ ਹੋ ਜਾਂਦੀ ਹੈ ਕਿ ਟਿਕਟ ਦੀ ਪਹਿਲਾਂ ਘੋਸ਼ਣਾ ਹੋ ਜਾਵੇ ਉਮੀਦਵਾਰ ਆ ਜਾਵੇ ਫਿਰ ਖੁੱਲ ਕੇ ਨਾਲ ਤੁਰੀਏ ਉਹ ਕਿਤੇ ਨਾ ਕਿਤੇ ਜ਼ਰੂਰ ਨੁਕਸਾਨ ਹੁੰਦਾ ਜਦੋਂ ਤੱਕ ਉਮੀਦਵਾਰੀ ਦੀ ਘੋਸ਼ਣਾ ਨਹੀਂ ਹੁੰਦੀ ਮੈਂ ਇਹ ਚੀਜ਼ ਮੰਨਦਾ ਕਿ ਜਿਹੜੀ ਡਿਸਕਸ਼ਨ ਕਾਫੀ ਹੋ ਰਹੀ ਬਟਾਲਾ ਦੇ ਸੀਟ ਵਾਸਤੇ ਅਨਾਉਂਸਮੈਂਟ ਡਿਲੇ ਹੋਣ ਨਾਲ ਵਰਕਰਾਂ 'ਚ ਥੋੜਾ ਜਿਹਾ ਕਨਫਿਊਜ਼ਨ ਜ਼ਰੂਰ ਰਹਿੰਦਾ ਜਿਹੜਾ ਕਿ ਇਸ ਵੇਲੇ ਤੱਕ ਕਲੀਅਰ ਹੋ ਜਾਣਾ ਚਾਹੀਦਾ ਸੀ ਚਲੋ ਇੱਕ ਦੋ ਦਿਨ ਚ ਆ ਹੀ ਜਾਏਗਾ ਫੈਸਲਾ ਪਤਾ ਚੱਲ ਜਾਏਗਾ ਕੀ ਲੱਗਦਾ ਕਿੱਥੇ ਪੇਚ ਫਸਿਆ ਹੋਇਆ ਹਾਲੇ ਇਹ ਸੀਟ ਨੂੰ ਲੈ ਕੇ ਦੇਖੋ ਸਿਧਾਂਤਾਂ ਦੀ ਗੱਲ ਮੈਂ ਕਾਂਗਰਸ ਫੈਮਿਲੀ ਨੂੰ ਬਿਲੋਂਗ ਕਰਦਾ ਸਾਡੇ ਡੀਐਨਏ ਚ ਕਾਂਗਰਸ ਹੈ ਔਰ 70 ਸਾਲ ਤੋਂ ਮੇਰਾ ਪਰਿਵਾਰ ਕਾਂਗਰਸ ਚ ਵਰਕ ਕਰ ਰਿਹਾ ਹੈ ਹੁਣ ਇੱਕ ਬੰਨੇ ਮੈਂ ਸਮਝਾਣਾ ਕਿ ਮਹਤਵ ਕਾਂਛਾ ਹੈ ਜਿਸ ਤਰ੍ਹਾਂ ਦਰੋਜਨ ਦੇ ਲਈ ਉਦੇ ਪਿਤਾ ਦੀ ਦਿਤਰਾਸ਼ਟ ਦੀ ਮਤੋਂ ਕਾਂਸ਼ਾ ਸੀ ਕਿ ਮੈਂ ਇਹਨੂੰ ਹੀ ਰਾਜ ਦੇਣਾ ਕਿਸੇ ਹੋਰ ਨੂੰ ਨਹੀਂ ਦੇਣਾ ਸਾਰਾ ਕੁਝ ਮੇਰੇ ਘਰ ਹੀ ਆਵੇ ਪਾਂਡਵਾਂ ਨੂੰ ਕੁਝ ਨਾ ਜਾਵੇ ਤੇ ਵਾਹਾਂ ਫਿਰ ਉਸ ਵੇਲੇ ਕੁਰੂਖੇਤਰਾ ਚ ਹੋਇਆ ਮਹਾਜੁੱਧ ਹੋਇਆ ਮਹਾ ਸੰਗਰਾਮ ਹੋਇਆ ਫਿਰ ਸੱਚ ਦੀ ਜਿੱਤ ਹੋਈ ਇੱਥੇ ਵੀ ਮੈਨੂੰ ਕੁਛ ਇਹ ਲੱਗ ਰਿਹਾ ਹੈ ਕਿ ਜਿਹੜੇ ਸਾਡੇ ਸੀਨੀਅਰ ਲੀਡਰ ਨੇ ਉਹ ਚਾਹੁੰਦੇ ਆ ਕਿ ਜਿਲ੍ਹਾ ਪਰਿਸ਼ਦ ਵੀ ਮੇਰਾ ਬੱਚਾ ਬਣੇ ਫਿਰ ਉਸ ਤੋਂ ਬਾਅਦ ਇਹ ਵੀ ਚਾਹੁੰਦੇ ਨੇ ਕਿ ਜੀ ਜਿਲ੍ਹਾ ਪਰਿਸ਼ਦ ਦਾ ਚੇਅਰਮੈਨ ਵੀ ਮੇਰਾ ਬੱਚਾ ਬਣੇ ਫਿਰ ਚਾਹੁੰਦੇ ਆ ਕਿ ਜੀ ਐਮਐਲਏ ਦੇ ਚੋਣ ਆਈ ਹੈ ਤੇ ਫਿਰ ਵੀ ਉਹੀ ਲੜੇ ਕੱਲ ਨੂੰ ਐਮਪੀ ਦੇ ਚੋਣ ਆ ਰਹੀਆਂ ਉਹ ਵੀ ਮੈਂ ਲੜਾਂ ਸੋ ਇਹ ਠੀਕ ਨਹੀਂ ਹੈ ਪਾਰਟੀ ਇਕੱਲੇ ਬੰਦੇ ਦਾ ਕਿਸੇ ਦਾ ਕੋਈ ਨਹੀਂ ਹੁੰਦੀ ਪਾਰਟੀ ਪਰਿਵਾਰਾਂ ਦਾ ਵਰਕਰਾਂ ਦਾ ਸਮੂਹ ਨੂੰ ਪਾਰਟੀ ਕਹਿੰਦੇ ਆ ਤੇ ਜੇ ਕੋਈ ਪਰਿਵਾਰ ਕੋਈ ਵੀ ਪਰਿਵਾਰ ਹੋਵੇ ਉਹ ਕਹੇ ਕਿ ਸਭ ਕੁਝ ਮੈਨੂੰ ਦੇ ਦਿਓ ਤੇ ਵਰਕਰਾਂ ਦੇ ਮਾਂਚ ਫਿਰ ਗੱਲ ਜਿਹੜੀ ਆ ਗਲਤ ਜਾਂਦੀ ਆ ਉਹ ਸਹੀ ਨਹੀਂ ਆ ਸਿਧਾਂਤਿਕ ਤੌਰ ਤੇ ਸਹੀ ਨਹੀਂ ਅਸ਼wini ਸੇਖੜੀ ਨੂੰ ਜੇ ਗੱਲ ਕਰ ਰਹੇ ਨੇ ਕਿ ਦ੍ਰਿਦਰਾਸਤਰ ਜਾਂ ਦਰਯੋਦਨ ਫਿਰ ਅਸ਼wini ਸੇਖੜੀ ਦੇ ਰਸਤੇ ਵਿੱਚ ਕਹਿ ਰਹੇ ਦ੍ਰਿਦਰਾਸਤਰ ਨੇ ਤੇ ਕਿਸ ਦਰਯੋਦਨ ਨੂੰ ਲੈ ਕੇ ਉਹ ਇਸ ਤਰੀਕੇ ਦੀ ਗੱਲ ਕਰ ਰਹੇ ਮੈਂ ਤੁਹਾਨੂੰ ਦੱਸਿਆ ਨਾ ਜਿਹੜਾ ਸਵਾਰਥ ਹੈ ਨਾ ਉਹ ਅੱਖਾਂ ਤੇ ਪੱਟੀ ਬੰਨ੍ਹ ਦਿੰਦਾ ਦ੍ਰਿਦਰਾਸਤਰ ਦੀ ਅੱਖਾਂ ਜਿਹੜੇ ਆਂਦੀਆਂ ਸਨ ਰਾਬੋ ਵੱਲੋਂ ਪੱਟੀ ਵੱਜੀ ਸੀ ਇੱਥੇ ਇੱਥੇ ਕੋਣ ਆ ਦੇਲੇ ਦਰਸ਼ਤ ਇੱਥੇ ਜਿਹੜਾ ਦ੍ਰਿਤਰਾਸ਼ਟਾ ਉਹ ਉਹਨੇ ਆਪੇ ਪੱਟੀ ਬੰਨ ਲਈ ਮੇਰੇ ਅਧਿਐਕਸ਼ ਜਿਹੜੇ ਨੇ ਕਾਂਗਰਸ ਪਾਰਟੀ ਦੇ ਨਿਸ਼ਾਨ ਜੀ ਉਹਨਾਂ ਦੇ ਫਾਦਰ ਨੂੰ ਟੈਰਰਿਸਟਾਂ ਨੇ ਸ਼ਹੀਦ ਕੀਤਾ ਸੀ ਗੋਲੀ ਮਾਰਗੇ ਸਨ ਪਾਰਟੀ ਦਾ ਕੰਮ ਕਰ ਰਿਹਾ ਅਸੀਂ ਚਾਹੁੰਦੇ ਸੀ ਕਿ ਉਹਨਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਚੋਣ ਲੜਾਈਏ ਕਾਂਗਰਸ ਪਾਰਟੀ ਨੇ ਫੈਸਲਾ ਕੀਤਾ ਅਸੀਂ ਸਾਰੇ ਨੇ ਕੀਤਾ ਐਵਰੀਬਾਡੀ ਸੈਡ ਕਿ ਉਹਨਾਂ ਨੂੰ ਲੜਾਉਣਾ ਚਾਹੀਦਾ ਪਰ ਉਸਲੇ ਉਦ੍ਰਿਤ ਰਾਸ਼ਟਰੀ ਸੋਚ ਨੇ ਉਹਦੀ ਟਿਕੜ ਕੱਟ ਕੇ ਆਪਣੇ ਮੁੰਡੇ ਨੂੰ ਦਵਾਈ ਇਹ ਵਾਦਾ ਕੀਤਾ ਮੁੱਖ ਮੰਤਰੀ ਕੈਪਟਨ ਮਿੰਦਰ ਸਿੰਘ ਨਾਲ ਕਿ ਸਿਰਫ ਜ਼ਿਲ੍ਹਾ ਪ੍ਰਸ਼ਦ ਲੜਾਣੀ ਆ ਉਹਦਾ ਚੇਅਰਮੈਨ ਜਿੰਨੂੰ ਮਰਜ਼ੀ ਬਣਾਓ ਇਹ ਮੇਰੇ ਸਾਹਮਣੇ ਦੀ ਗੱਲ ਆ ਮੁੱਖ ਮੰਤਰੀ ਕੈਪਟਨ ਮਿੰਦਰ ਸਿੰਘ ਦੇ ਨਾਲ ਫੈਸਲਾ ਹੋ ਗਿਆ ਪਾਰਟੀ ਦਾ ਮੈਨੂੰ ਕੈਟਰੋ ਸਾਹਿਬ ਨੇ ਕਿਹਾ ਕੋਈ ਨਹੀਂ ਆਪਣੇ ਸਾਥੀ ਨੂੰ ਦਸਮਰਾਲਾ ਅਸੀਂ ਉਹਨੂੰ ਚੇਅਰਮੈਨ ਲਗਾ ਦਾਂਗੇ ਉਹਦੇ ਚ ਮਾਰਕੀਟ ਕਮੇਟੀ ਬਟਾਲਾ ਚ ਨਿਸ਼ਾਨ ਨੂੰ ਜਿਹੜਾ ਪ੍ਰਧਾਨ ਹੈ ਸਾਡੇ ਬਲਾਕ ਦਾ ਕਿਆ ਹੋਇਆ ਫਿਰ ਉਸ ਤੋਂ ਬਾਅਦ ਚੇਅਰਮੈਨ ਬਣਿਆ ਉਹ ਵੀ ਦ੍ਰਿਤਰ ਅਸ਼ੋਦਾ ਮੰਡਾ ਬਣਿਆ ਚੇਅਰਮੈਨ ਵੀ ਉਹਨਾਂ ਨੇ ਆਪਣਾ ਲਾਇਆ ਪ੍ਰਧਾਨ ਉਹ ਨਹੀਂ ਲਾਇਆ ਜਿਹਦੇ ਫਾਦਰ ਨੂੰ ਟੈਰਸ ਮਾਰ ਗਿਆ ਸੀ ਕਿਉਂਕਿ ਉਹ ਕਾਂਗਰਸੀ ਸਵਾਲ ਇਹ ਹੈ ਕਿ ਅਗਰ ਕਾਂਗਰਸ ਦੇ ਵਰਕਰਾਂ 'ਚ ਇਹ ਇਮਪ੍ਰੈਸ਼ਨ ਚਲਾ ਗਿਆ ਕਿ ਅਸੀਂ ਆਪਣਾ ਖੂਨ ਵੀ ਦੇ ਦਈਏ ਸਾਡੇ ਸਾਡੇ ਪਰਿਵਾਰ ਸ਼ਹੀਦ ਵੀ ਹੋ ਜਾਣ ਤੇ ਕਾਂਗਰਸ 'ਚ ਸਾਨੂੰ ਉੱਚ ਸਤਾਨ ਨਹੀਂ ਮਿਲਣਾ ਤੇ ਫਿਰ ਕਾਂਗਰਸ ਦੇ ਪੈਰ ਜਮ ਨਹੀਂ ਸਕਦੇ ਜੇ ਲੀਡਰਾਂ ਦੇ ਬੱਚਿਆਂ ਨੇ ਸਭ ਕੁਝ ਲੈਣਾ ਤਾਂ ਫੇਰ ਕਾਂਗਰਸ ਦੇ ਪੈਰ ਕਿਸਰਾ ਜੰਮਣਗੇ ਪਿੰਡਾਂ ਚ ਤੇ ਸ਼ਹਿਰ ਚ ਤਾਂ ਮੈਂ ਸਿਧਾਂਤਿਕ ਤੌਰ ਤੇ ਇਸ ਚੀਜ਼ ਦੇ ਖਿਲਾਫ ਹਾਂ ਔਰ ਮੈਂ ਜਿਹੜੀ ਲੜਾਈ ਲੜ ਰਿਹਾ ਮੈਂ ਐਮਐਲਏ ਚੇਪ ਦੀ ਲੜਾਈ ਨਹੀਂ ਲੜ ਰਿਹਾ ਐਮਐਲਏ ਚੇਪ ਤੇ ਮੈਨੂੰ ਕਾਂਗਰਸ ਪਾਰਟੀ ਨੇ ਬੜਾ ਨਵਾਜਿਆ ਤਿੰਨੀ ਵਾਰੀ ਐਮਐਲਏ ਬਣ ਕੇ ਮਿਨਿਸਟਰ ਬਣ ਕੇ 62 ਸਾਲ ਦੇ ਹੋ ਗਏ ਹਾਂ ਮੈਨੂੰ ਇਹ ਵੀ ਬਹੁਤ ਸ਼ੌਂਕ ਨਹੀਂ ਸੀਗਾ ਕਿ ਮੈਂ ਜ਼ਰੂਰੀ ਲੜਨਾ ਪਾਰਟੀ ਮੇਰੇ ਤੋਂ ਬਿਹਤਰ ਕੈਂਡੀਡੇਟ ਲੈ ਕੇ ਆਵੇ ਆਈ ਐਮ ਰੈਡੀ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਪਰ ਇਸ ਜਿਹਦੇ ਮੈਂ ਖਲਾਫ ਆ ਕਿ ਸਭ ਕੁਝ ਆਪਣੇ ਘਰ ਲੈ ਜਾਣਾ ਕਿਸੇ ਵਰਕਰ ਨੂੰ ਕੁਝ ਨਹੀਂ ਦੇਣਾ ਚਲੋ ਮੈਂ ਵੀ ਕਾਂਗਰਸ ਪਾਰਟੀ ਦਾ ਵਰਕਰ ਆ ਮੈਂ ਜਿੰਨੇ 7 ਚੋਣਵਾਂਗਰ ਆਪਣੇ ਲੜੇ ਨੇ ਤੇ 8 ਚੋਣਾਂ ਪਾਰਲੀਮੈਂਟ ਦੇ ਲੜੇ ਨੇ ਜਿਹੜੇ ਕਿ ਵੱਖਰੇ ਵੱਖਰੇ ਕੈਂਡੀਡੇਟ ਦੇ ਪ੍ਰਤਾਪ ਬਾਜਵਾ ਦੇ ਲੜੇ ਸੁਨੀਲ ਜਾਖੜ ਦੇ ਲੜੇ ਆਰ ਐਲ ਪਾਟਿਆ ਜੀ ਦੇ ਲੜੇ ਉਹ ਸਾਰੇ ਮੈਂ ਹੀ ਲੜੇ ਨੇ ਦੋ ਦੋ ਕੌਨਸਟੈਂਸੀ ਸੰਭਧਾਰਿਆ ਪਾਰਟੀ ਦਾ ਕੰਮ ਕੀਤਾ ਪੂਰੀ ਜਵਾਨੀ ਜਿਹੜੀ ਮੇਰੇ ਪਰਿਵਾਰ ਦੀ ਸੀ ਮੇਰੇ ਬੱਚਿਆਂ ਦੀ ਸੀ ਉਹ ਮੈਂ ਕਾਂਗਰਸ ਪਾਰਟੀ 'ਚ ਲਗਾ ਦਿੱਤੀ ਸੇਵਾ ਜ ਲੋਕਾਜਕ ਵਾਅਦੇ ਸੀ ਸਾਰੇ ਜਵਾਨੇ ਮੈਨੂੰ ਯਾਦ ਹੈ ਕਿ ਜਦੋਂ ਅਭਿਨਵ ਨੂੰ ਮੈਂ ਸਕੂਲ 'ਚ ਦਾਖਲ ਕਰਾਇਆ ਉਸ ਤੋਂ ਬਾਅਦ ਜਦੋਂ ਪੜ੍ਹ ਕੇ ਆ ਗਿਆ ਯੂਨੀਵਰਸਿਟੀ ਤੋਂ ਫੇਰ ਮੈਂ ਉਹ 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 ਉਹਨੂੰ ਚੰਗੀ ਤਰ੍ਹਾਂ ਮਿਲਿਆ ਬਸ ਉਹ ਉਹਦੇ ਸਕੂਲ ਕਦੀ ਨਹੀਂ ਗਿਆ ਮਾਪੇ ਬਤਾਉਂਦਾ ਕਿ ਮੇਰਾ ਬੱਚਾ ਇਨਾਮ ਲੈਣ ਜਾ ਰਿਹਾ ਮੈਂ ਵੀ ਜਾਵਾਂ ਉੱਥੇ ਇੱਥੇ ਲੋਕਾਂ ਦੇ ਇਨਾਮ ਤੇ ਦਿੰਦੇ ਰੇ ਸਕੂਲਾਂ 'ਚ ਪਰ ਆਪਣੇ ਬੱਚੇ ਦੇ ਕਰੀ ਪ੍ਰੋਗਰਾਮ ਤੇ ਨਹੀਂ ਜਾ ਸਕੇ ਅਸ਼wini ਸੇਖੜੀ ਦ੍ਰਿੜ ਰਾਸਟਰ ਕਹੇ ਕਿ ਜਿਸ ਵਾਲੇ ਇਸ਼ਾਰਾ ਕਰ ਰਹੇ ਨੇ ਦਰਸ਼ਕ ਵੀ ਖੂਬ ਖੂਬੀ ਸਮਝਦੇ ਨੇ ਅਸੀਂ ਵੀ ਸਮਝਦੇ ਆ ਕਿਸੇ ਵੇਲੇ ਇਹੀ ਲੋਕਾਂ ਦੀ ਅਸ਼wini ਸੇਖੜੀ ਨੇ ਵੀ ਮਦਦ ਕੀਤੀ ਅੱਗੇ ਹੋ ਕੇ ਕੀ ਲੱਗਦਾ ਅੱਜ ਫਿਰ ਉਹ ਜਦੋਂ ਉਸ ਵੇਲੇ ਮਦਦ ਕੀਤੀ ਤੇ ਅੱਜ ਉਹੀ ਲੋਕ ਕਰੋੜਾ ਬਣ ਰਹੇ ਨੇ ਅਸ਼wini ਸੇਖੜੀ ਨੂੰ ਕਿਸ ਤਰੀਕੇ ਨਾਲ ਤੁਸੀਂ ਸਹੀ ਕਹਿ ਰਹੇ ਹੋ ਕਿ ਮੈਂ ਉਹਨਾਂ ਨੂੰ ਟਿਕਟ ਦੁਆਰ ਨੂੰ ਬਾਜਵਾ ਸਾਹਿਬ ਨੂੰ 1992 ਜ ਮੈਂ ਮਦਦ ਕੀਤੀ ਸੀ ਪਰ ਸੋਚ ਦੇ ਖਿਲਾਫ ਹੈ ਇਹੋ ਜੇ ਨਹੀਂ ਸੀ ਬਾਜਵਾ ਸਾਹਿਬ ਤ੍ਰਿਪਤ ਬਾਜਵਾ ਚੰਗਾ ਬੰਦਾ ਸੀ ਪਰ ਉਹ ਸੋਚ ਕਿੱਦਾ ਬਦਲ ਗਈ ਇੰਨਾ ਸੈਲਫਿਸ਼ ਕਿੱਦਾ ਹੋ ਗਿਆ ਮਰੀ ਸਮਝ ਤੋਂ ਬਾਹਰ ਕਿ ਸਿਰਫ ਆਪਣਾ ਹੀ ਸੋਚਣਾ ਕਿਸੇ ਹੋਰ ਦਾ ਨਹੀਂ ਸੋਚਣਾ ਸਹੀ ਨਹੀਂ ਹੈ ਇਹ ਈਸ਼ਵਰ ਦੀ ਵਾਹਿਗੁਰੂ ਦੇ ਜਿਹੜੇ ਸੂਲ ਨੇ ਜਿਹੜਾ ਗੁਰਬਾਣੀ ਚ ਲਿਖੀਆਂ ਚੀਜ਼ਾਂ ਉਹਦੇ ਖਿਲਾਫ ਹੈ ਅਸੀਂ ਲੋਕ ਰਾਜਨੀਤੀ ਸੇਵਾ ਲਈ ਆਏ ਹਾਂ ਰਾਜਨੀਤੀ ਦੇ ਲੋਕਾਂ ਦੇ ਕੰਮ ਕਰਨ ਲਈ ਆਏ ਇਹ ਨਹੀਂ ਕਿ ਤੁਸੀਂ ਆਪਣੇ ਲੋਕਾਂ ਨੂੰ ਇਹੋ ਇਹੋ ਜਿਹੇ ਕੰਮ ਕਰਾਓ ਕਿ ਦੁਨੀਆਂ ਉਹਨਾਂ ਨਾਲ ਨਫ਼ਰਤ ਕਰੇ ਮੇਰੇ ਸਾਥੀਆਂ ਨੇ ਵੀ ਕੰਮ ਕੀਤਾ ਅਸੀਂ ਪਿਛਲੇ 5 ਸਾਲ ਚ ਆਇਆ ਚੋਣਾਂ ਹਰ ਗਏ 5 ਸਾਲ ਲਗਾਤਾਰ ਘਰ ਅਸੀਂ ਕੋਠੀ 'ਚ ਦਫ਼ਤਰ ਖੋਲ੍ਹਿਆ 8-10 ਬੰਦੇ ਅਸੀਂ ਮਿਲ ਕੇ ਅੱਜ 16400 ਤੋਂ ਵੱਧ ਐਸੇ ਲੋਕ ਨੇ ਬਟਾਲੇ 'ਚ ਜਿਨ੍ਹਾਂ ਦੀ ਪੈਨਸ਼ਨ ਅਸੀਂ ਇੱਜ਼ਤ ਨਾਲ ਲਵਾ ਕੇ ਉਹਨਾਂ ਨੂੰ ਦਿੱਤੀ 30 ਕਰੋੜ ਰੁਪਏ ਸਾਲ ਦਾ ਉਹਨਾਂ ਨੂੰ ਮਿਲਣਾ ਸ਼ੁਰੂ ਹੋ ਗਿਆ ਅੱਜ 7228000 ਲੋਕ ਐਸੇ ਨੇ ਜਿਨ੍ਹਾਂ ਦੇ ਸਮਾਰਟ ਕਾਰਡ ਬਣਾ ਕੇ ਦਿੱਤੇ ਜਿਹਦੇ 10000 ਲੋਕ ਐਸੇ ਨੇ ਜਿਨ੍ਹਾਂ ਦਾ ਪਹਿਲੀ ਵਾਰ ਬਣਿਆ ਜਿੱਥੇ ਰਾਸ਼ਨ ਮਿਲਣਾ ਸ਼ੁਰੂ ਹੋ ਗਿਆ ਉਹਨਾਂ ਨੂੰ ਇਹਨਾਂ ਦੇ ਹੈਲਥ ਕਾਰਡ ਬਣਾ ਰਹੇ ਹਜ਼ਾਰਾਂ ਲੋਕਾਂ ਦੇ ਹੈਲਥ ਕਾਰਡ ਬਣਾ ਦਿੱਤੇ ਬੱਤੀ ਮਾਫ ਕੀਤੀ ਹੈ ਸਰਕਾਰ ਨੇ 2 ਕਿਲੋਵਾਟ ਦੀ ਤੇ 3000 ਲੋਕਾਂ ਦੀ ਬੱਤੀ ਮਾਫ ਦੇ ਫਾਰਮ ਭਰ ਕੇ ਅਸੀਂ ਮਾਫ ਕਰਵਾਈਏ ਜੋ ਸਰਕਾਰੀ ਫੈਸਿਲਿਟੀਆਂ ਜੋ ਮੇਰੀ ਮਾੜੀ-ਮੋਢੀ ਤਾਕਤ ਬਚੀ ਸੀ ਇਲੈਕਸ਼ਨ ਹਰਾਂ ਦੇ ਬਾਅਦ ਬਾਅਦ ਵੀ ਅਸੀਂ ਉਹ ਤਾਕਤ ਇਹਨਾਂ ਲੋਕਾਂ ਲਈ ਵਰਤੀ ਹੈ ਜਿਨ੍ਹਾਂ ਨੂੰ ਕੋਈ ਨਹੀਂ ਪੁੱਛਦਾ ਅਸੀਂ ਉਹਨਾਂ ਦੀ ਸੇਵਾ ਕੀਤੀ ਉਹਨਾਂ ਦਾ ਕੰਮ ਕੀਤਾ ਤੇ ਉਹਨਾਂ ਦੀ ਦੁਆ ਮੇਰੇ ਨਾਲ ਹੈ ਜਿੰਨੀ ਮਰਜ਼ੀ ਇਹ ਛਾਲ ਮਾਰ ਲੈਣ ਜੋ ਮਰਜ਼ੀ ਕਰ ਲੈਣ ਉਹ ਈਸ਼ਵਰ ਤੋਂ ਜਿਹੜੀ ਆਵਾਜ਼ ਆਣੀ ਹੈ ਉਹ ਕਾਂਗਰਸ ਹਾਈ ਕਮਾਂਡ ਵੀ ਮੰਨੇਗੀ ਅਸੀਂ ਵੀ ਮਰਨਾਗੇ ਅਸੀਂ ਕੰਮ ਕਰਾਂਗੇ ਬਟਾਲੇ ਦੀ ਜਿਹੜੀ ਸਿਆਸੀ ਫਿਜ਼ਾ ਦੇ ਵਿੱਚ ਹਵਾਵਾਂ ਨੇ ਆ ਫਿਰ ਜੋ ਆ ਰਹੀਆਂ ਨੇ ਗੱਲਾਂ ਬਾਤਾਂ ਨਿਕਲ ਕੇ ਸਾਹਮਣੇ ਕਿ ਅਗਰ ਅਸ਼ਵਨੀ ਸੇਖੜੀ ਨੂੰ ਕਾਂਗਰਸ ਟਿਕਟ ਦਿੰਦੀ ਹੈ ਬਟਾਲੇ ਤੋਂ ਤਾਂ ਫਿਰ ਜਿਸ ਨੂੰ ਅਸ਼ਵਨੀ ਸੇਖੜੀ ਦੇ ਦਰਾਸ਼ਟ ਕਹਿ ਰਹੇ ਨੇ ਉਹ ਕਹਿ ਰਹੇ ਨੇ ਕਿ ਮੈਂ ਆਪਣੇ ਪੁੱਤਰ ਨੂੰ ਆਜ਼ਾਦ ਤੌਰ ਤੇ ਵੀ ਉੱਥੋਂ ਉਮੀਦਵਾਰ ਦੇ ਤੌਰ ਤੇ ਉਤਾਰਾਂਗਾ ਮੈਦਾਨ 'ਚ ਕੀ ਕਹਿਣਾ ਚਾਹੁੰਦੇ ਹੋ ਮੈਂ ਤੇ ਉਹਨਾਂ ਨੂੰ ਕਹਿੰਦਾ ਮਹਾਭਾਰਤ ਵਾਲ ਵੀ ਦੇਖ ਲਓ ਮਾੜਾ ਮੋਟਾ ਮਹਾਭਾਰਤ ਹੋ ਗਈ ਸੀ ਦੇ ਦਰਾਸ਼ਣ ਕੁਦਰਤੀ ਉਹਨੂੰ ਅੰਨਾ ਸੀਗਾ ਉਹਨੂੰ ਆਪਣੇ ਪੁੱਤਰ ਦਾ ਨਾਮ ਹੋ ਸੀ ਤੇ ਬਾਅਦ ਹੋਇਆ ਕਿ ਕੀ ਹੋਇਆ ਬਾਅਦ ਇਹੋ ਜਿਹਾ ਕਦੀ ਕਿਸੇ ਵੀ ਮਿਨਿਸਟਰ ਲੈਵਲ ਦੇ ਬੰਦੇ ਨੂੰ ਜਿਹਨੇ ਚੀਫ ਮਿਨਿਸਟਰ ਦੀ ਪਾਵਰ ਨੂੰ ਮੁਭਰਤੇ ਆਵੇ ਆਪਣੇ ਪੂਰੇ ਪੰਜਾਬ ਵਿੱਚ ਚਾਹ ਮਿਨਿਸਟਰ ਸੀ ਪਰ ਮੁੱਖ ਮੰਤਰੀ ਕਪਟਨ ਮਿੰਦਰ ਸਿੰਘ ਦੀ ਪਾਵਰ ਤੇ ਨਾ ਵਧਦੀ ਸਾਰੀ ਚੰਨੀ ਸਾਹਿਬ ਦੀ ਪਾਵਰ ਵੀ ਵਧ ਤਰਨੇ ਉਹਨੂੰ ਐਸੀ ਗੱਲ ਨੀਚਤਾ ਦਾ ਸੋਚ ਨਹੀਂ ਲੈਣੀ ਚਾਹੀਦੀ ਕਿ ਪਾਰਟੀ ਦੇ ਤੋਂ ਛਾਲ ਮਾਰ ਕੇ ਤੇ ਫਿਰ ਮੈਂ ਆਪਣੇ ਮੁੰਡੇ ਨੂੰ ਇੰਡੀਪੈਂਡੈਂਟ ਲੜਾ ਲਾਂ ਐਸਾ ਤੇ ਸੋਚਣਾ ਨਹੀਂ ਚਾਹੀਦਾ ਮੈਂ ਸਮਝਣਾ ਸੋਚਣਾ ਨਹੀਂ ਚਾਹੀਦਾ ਅਸੀਂ ਵੀ ਇਹੀ ਆਸ ਰੱਖਦੇ ਹਾਂ ਕਿ ਹਾਈ ਕਮਾਂਡ ਤੁਹਾਨੂੰ ਹੀ ਟਿਕਟ ਦੇ ਕੇ ਭੇਜੇ ਉਮੀਦਵਾਰ ਬਣਾ ਕੇ ਭੇਜੇ ਪਰ ਬਾਈ ਚਾਂਸ ਅਗਰ ਉਮੀਦਵਾਰੀ ਦੇ ਤੌਰ ਤੇ ਨਹੀਂ ਤੁਹਾਨੂੰ ਮੈਦਾਨ ਚ ਉਤਾਰਿਆ ਜਾਂਦਾ ਤਾਂ ਜੋ ਹਵਾ ਇਹ ਵੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਅਗਰ ਕਾਂਗਰਸ ਟਿਕਟ ਨਹੀਂ ਦਿੰਦੀ ਤਾਂ ਅਸ ਨੂੰ ਹੀ ਸੇਖੜੀ ਜਾਂ ਤਾਂ ਫਿਰ ਅੰਮ੍ਰਿਤਸਰ ਤੋਂ ਬੀਜੇਪੀ ਤੋਂ ਚੋਣ ਲੜਨਗੇ ਜਾਂ ਫਿਰ ਕਿਸੇ ਹੋਰ ਪਾਰਟੀ ਤੋਂ ਬਟਾਲੇ ਤੋਂ ਹੀ ਚੋਣ ਲੜ ਸਕਦੇ ਸੁਦਾ ਪ੍ਰਤਾਪ ਸਿੰਘ ਬਾਜਵਾ ਮੇਰੇ ਵੱਡੇ ਭਰਾ ਨੇ 2014 ਚ ਜਦੋਂ ਚੋਣ ਆਏ ਪਾਰਲੀਮੈਂਟ ਦੀ ਟਿਕਟ ਬਾਜਵਾ ਸਾਹਿਬ ਮੰਗਦੇ ਸਨ ਮੈਂ ਵੀ ਮੰਗਦਾ ਸੀ ਆਪਾਂ ਦੋਨੇ ਇੱਕੋ ਜਿਹੇ ਆ ਉਹ ਮੇਰੇ ਪ੍ਰਧਾਨ ਸੀ ਮੈਂ ਉਹਨਾਂ ਦਾ ਜਨਰਲ ਸੈਕਟਰੀ ਸੀ ਯੂਥ ਕਾਂਗਰਸ ਉਹ ਉਸ ਵੇਲੇ ਪਾਰਟੀ ਦੇ ਸੀਨੀਅਰ ਮੇਰਾ ਖਲੋਸਲੇ ਉਹ ਕਾਂਗਰਸ ਦੇ ਪ੍ਰੈਜ਼ੀਡੈਂਟਸ ਹਨ ਮੈਂ ਐਸਸੀਸੀ ਦਾ ਸੈਕਟਰੀ ਸੀ ਇੱਕੋ ਜੇ ਦੋਨੋਂ ਸੇਮ ਲੈਵਲ ਸੀ ਪਾਰਟੀ ਨੇ ਟਿਕਟ ਬਾਜਵਾ ਸਾਹ ਨੂੰ ਦਿੱਤੀ ਮੈਂ ਰੋਟੇ ਕੰਢੇ ਦਿੱਤੀ ਹਾਈ ਕਮਾਨ ਨੇ ਉਹਨਾਂ ਦਾ ਫੈਸਲਾ ਕੀਤਾ ਔਰ ਮੈਂ ਬਾਜਵਾ ਸਾਹਿਬ ਨੂੰ ਚੈਲੰਜ ਕਰਤਾ ਕਿ ਤੁਹਾਡਾ ਕਨਵਲ ਹਲਕਾ ਹੈ ਤੇ ਮੇਰਾ ਬਟਾਲਾ ਹਲਕਾ ਤੁਸੀਂ ਵੀ ਜ਼ੋਰ ਲਗਾਓ ਮੈਂ ਵੀ ਜ਼ੋਰ ਲਗਾਣਾ ਤੇ ਆਪਾਂ ਤੁਹਾਡੇ ਤੋਂ ਡਬਲ ਤੇ ਜਿਤਾਵਾਂਗੇ ਤੇ ਬਾਜਵਾ ਸਾਹਿਬ ਨੇ ਜ਼ੋਰ ਲਗਾਇਆ ਮੈਂ ਵੀ ਜ਼ੋਰ ਲਗਾਇਆ ਜਿਹੜਾ ਕਾਦੀਆਂ ਜਿਹੜਾ ਕਨਵਲ ਹਲਕਾ ਸੀ ਉਹਨਾਂ ਦਾ ਉਹ ਕਰੀਬਨ ਕਰੀਬਨ 7 7.5 ਹਜ਼ਾਰ ਜਿੱਤੇ ਆ ਤੇ ਬਟਾਲਾ 18.5 ਹਜ਼ਾਰ ਜਿੱਤੇ ਅਸੀਂ ਤੇ ਪਾਰਟੀ ਦੇ ਨਾਲ ਆ ਟਿਕਟ ਜਿਹਨੂੰ ਦਿੱਤੀ ਮੈਂ ਤੇ ਉਹ ਨਾਲ ਚੱਲਣਾ ਜੀ ਅਗਰ ਪਾਰਟੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਨਾਂ ਦੀ ਘੋਸ਼ਣਾ ਨਹੀਂ ਕਰਦੀ ਉਮੀਦਵਾਰੀ ਤੋਂ ਤਾਂ ਫਿਰ ਅਸ਼wini ਸੇਖੜੀ ਉਸੇ ਤਰੀਕੇ ਨਾਲ ਹੀ ਪਾਰਟੀ ਦੀ ਸੇਵਾ ਕਰਦੇ ਰਹਿੰਦੇ ਮੈਂ ਤੁਹਾਨੂੰ ਦੱਸਿਆ ਮੇਰਾ ਜੋ ਸੁਭਾਅ ਹੈ ਮੈਂ ਤੁਹਾਨੂੰ ਦੱਸ ਦੇ ਦਿੱਤਾ ਅੱਜ ਵੀ ਉਹਨੀ ਕਸ਼ਮਕਸ਼ ਹੈ ਉਸ ਵੇਲੇ ਬਾਜਵਾ ਸਾਹਿਬ ਨਾਲ ਸੀ ਮੇਰੀ ਉਹ ਵੀ ਟਿਕਟ ਮੰਗਦਾ ਸੀ ਮੈਂ ਵੀ ਟਿਕਟ ਮੰਗਦਾ ਤਾਂ ਫਿਰ ਆਲਟੀਮੇਟਲੀ ਕੀ ਹੋਇਆ ਤੇ ਹੁਣ ਵੀ ਸੇਮ ਹੀ ਕਸ਼ਮਕਸ਼ ਹੈ ਪਰ ਸਚਾਈ ਇਹ ਹੈ ਕਿ ਅੱਖਾਂ ਤੇ ਪੱਟੀ ਨਹੀਂ ਬੰਨੀ ਚਾਹੀਦੀ ਅਸ਼wini ਸੇਖੜੀ ਬਰਬਰ ਦਾ ਬੰਦਾ ਹੈ ਪਾਰਟੀ ਜਿਹੋ ਜਿੰਨਾ ਕੰਮ ਤੁਸੀਂ ਕੀਤਾ ਉਸ ਤੋਂ ਵੱਧ ਕੰਮ ਮੈਂ ਕੀਤਾ ਮੈਂ ਰ 85 ਜੀ ਐਮ ਐਲ اے ਬਣ ਗਿਆ 99 ਜਿ ਬਣੇ ਨੇ ਤੇ ਸਾਡਾ ਬੱਚਾ ਜਿਹੜਾ ਉਹ ਤੇ ਹੁਣ ਅਜੇ ਪੋਲਿਟਿਕਸ ਚ ਆਇਆ ਆ 2-3 ਸਾਲ ਪਹਿਲਾਂ 2 ਸਾਲ ਪਹਿਲਾਂ ਤੁਸੀਂ ਅਗਰ ਮੇਰੀ ਕੁਰਬਾਨੀ ਦੇਣੀ ਹੈ ਅਗਰ ਅਸ਼ੁਰੀ ਸੇਗਰੀ ਦੀ ਕਾਂਗਰਸ ਆਇਕਮਾਨ ਨੂੰ ਯੂ ਨੋ ਉਹਨੂੰ ਕੁਰਬਾਨ ਕਰਨਾ ਚਾਹੁੰਦੀ ਹੈ ਇਹ ਬਜਾ ਤ੍ਰਿਪਤਾਜਵਾਦੀ ਮਤਵ ਕਾੰਖਸ਼ਾ ਤੇ ਤੇ ਮੈਂ ਕੀ ਕਰ ਸਕਦਾ ਫਿਰ ਮੈਂ ਦੇਖ ਹੀ ਰਿਹਾ ਦੇਖਣਾ ਕੀ ਹੁੰਦਾ ਇੱਕ ਦੋ ਦਿਨਾਂ ਚ ਆਖਰੀ ਸਵਾਲ ਆ ਜਿਸ ਤਿੱਕੇ ਨਾਲ ਲੋਕਾਂ ਦੀ ਜਾਂ ਕਾਂਗਰਸ ਦੇ ਸਮਰਥਕਾਂ ਦੀ ਵਰਕਰਾਂ ਦੀ ਆਵਾਜ਼ ਉੱਠ ਰਹੀ ਹੈ ਕਿ ਜਲਦ ਤੋਂ ਜਲਦ ਟਿਕਟ ਅਨਾਉਂਸ ਕਰਨੀ ਚਾਹੀਦੀ ਹੈ ਨਹੀਂ ਤੇ ਨੁਕਸਾਨ ਹੋ ਸਕਦਾ ਕਿਉਂਕਿ ਦੂਸਰੇ ਉਮੀਦਵਾਰ ਕਾਫੀ ਅੱਗੇ ਲੰਘ ਜਾ ਰਹੇ ਨੇ ਅਸ਼wini ਸੇਖੜੀ ਆਪਣੇ ਵੱਲ ਹਾਈ ਕਮਾਂਡ ਨੂੰ ਕੀ ਕਹਿਣਾ ਚਾਹੁੰਦੇ ਟਿਕਟ ਤੇ ਅਨਾਉਂਸ ਕਰ ਹੀ ਦੇਣੀ ਚਾਹੀਦੀ ਅੱਜ ਕਰ ਦੇਣ ਕੱਲ ਕਰ ਦੇਣ ਬਾਕੀ ਕੋਈ ਉਮੀਦਵਾਰ ਅੱਗੇ ਨਹੀਂ ਲੰਘ ਰਿਹਾ ਆਪਣੇ ਸਾਰੇ ਬੰਦੇ ਕੰਮ ਕਰ ਰਹੇ ਮੇਰੇ ਸਾਰੇ ਬੰਦੇ ਵਾਰਡਾਂ ਚ ਔਰ ਪਿੰਡਾਂ ਚ ਅਸੀਂ ਪੂਰਾ ਯੋਜਨਾਬੰਦੀ ਪ੍ਰੋਗਰਾਮ ਕਰ ਰਹੇ ਆ ਅਸੀਂ ਸ਼ੋਅ ਨਹੀਂ ਕਰ ਰਹੇ ਚੁੱਪਚਾਪ ਆਪਣਾ ਕੰਮ ਕਰ ਰਹੇ ਆ ਜਿਸ ਵੇਲੇ ਦਿਖਾਣ ਦੀ ਜ਼ਰੂਰਤ ਹੋਏਗੀ ਤੇ ਤੁਸੀਂ ਦੇਖਿਆ ਹੀ ਹੈ ਕਿ ਮਾਝ ਦੇ ਸਭ ਤੋਂ ਵੱਡਾ ਜਲਸਾ ਬਟਾਲੇ ਹੋਇਆ 26 ਦਸੰਬਰ ਨੂੰ ਜਦੋਂ ਦਿਖਾਣਾ ਹੋਏਗਾ ਕਿ ਕਿੰਨੀ ਸਟਰੈਂਥ ਹੈ ਉਸ ਲਈ ਦਿਖਾ ਦਿੱਤਾ ਜਾਏਗਾ ਬਾਕੀ ਹਰ ਪਾਰਟੀ ਨੂੰ ਹੱਕ ਆਪਣਾ ਕੰਮ ਕਰੇ ਅਸੀਂ ਵੀ ਕਰ ਰਹੇ ਹਾਂ ਉਹ ਵੀ ਕਰਨ ਜੋ ਲੋਕੀ ਫੈਸਲਾ ਕਰਨ ਠੀਕ ਹੈ ਇਹ ਬਿਲਕੁਲ ਐਸਨ ਸਾਡੇ ਨਾਲ ਅਸ਼wini ਸੇਖੜੀ ਜੋ ਆਪਣੇ ਵਿਚਾਰ ਜਿਹੜੇ ਨੇ ਉਹ ਹਾਈ ਕਮਾਂਡ ਤੱਕ ਵੀ ਤੇ ਲੋਕਾਂ ਤੱਕ ਵੀ ਰੱਖ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਕਾਫੀ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰ ਰਹਿਆ ਆਪਣੇ ਪਰਿਵਾਰ ਨੂੰ ਵੀ ਪਿੱਛੇ ਪਾ ਕੇ ਕਾਂਗਰਸ ਪਾਰਟੀ ਲਈ ਹਰ ਕਦਮ ਅੱਗੇ ਹੋ ਕੇ ਸੇਵਾ ਕੀਤੀ ਹੈ ਤਾਂ ਜ਼ਰੂਰਤ ਹੈ ਕਿ ਮੈਨੂੰ ਹੀ ਇਥੋਂ ਚੋਣ ਮੈਦਾਨ ਚ ਉਤਾਰਿਆ ਜਾਵੇ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਬਟਾਰਾ ਦੀ ਮੈਂ ਸੇਵਾ ਕਰਦਾ ਆ ਰਿਹਾ ਨਾਲ ਹੀ ਉਹਨਾਂ ਨੇ ਉਹਨਾਂ ਲੋਕਾਂ ਨੂੰ ਜੋ ਅਸ਼ੁਨੀ ਠੇਖੜੀ ਨੂੰ ਟਿਕਟ ਮਿਲਣ ਦੇ ਵਿੱਚ ਵਿਰੋਧ ਚ ਖੜੇ ਨੇ ਉਹਨਾਂ ਦੇ ਬਾਰੇ ਵੀ ਕਹਿੰਦੇ ਦਿਖਾਈ ਦੇ ਰਹੇ ਨੇ ਕਿ ਮਾਂ ਪਾਤ ਦੇ ਦ੍ਰਿਧ ਰਾਸ਼ਟਰ ਨਾ ਬਣੋ ਆਪਣੀਆਂ ਅੱਖਾਂ ਤੇ ਖੁਦ ਪੱਟੀ ਨਾ ਬਣੋ ਅਤੇ ਪੁੱਤਰ ਦਰਯੋਦਨ ਦੇ ਮੋਹ ਦੇ ਵਿੱਚ ਆ ਕੇ ਕਿਸੇ ਦੇ ਰਸਤੇ ਦਾ ਰੋੜਾ ਨਾ ਬਣੋ ਕੈਮਰਾ ਪ੍ਰਸੰਗ ਵਿਕ੍ਰਮ ਚੀਮਾ ਦੇ ਨਾਲ ਭਪਾਲ ਸਿੰਘ ਲਿਵਿੰਗ ਇੰਡੀਆ న్యూਸ ਗੁਰਦਾਸਪੁਰ